ਨਮਸਕਾਰ ਖਬਰਾਂ ਦੀ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਹਰਿਆਣਾ ਦੇ ਪਾਣੀਪਤ ਵਿੱਚ 2ਜੀ ਇਥਨੋਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ ਕਿਹਾ ਇਸ ਨਾਲ ਵਾਤਾਵਰਨ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਧੇਰੇ ਮਦਦ ਮਿਲੇਗੀ ਦਿੱਲੀ ਤੇ ਹਰਿਆਣਾ ਨੂੰ ਧੂਏ ਦੇ ਪ੍ਰਦੂਸ਼ਣ ਤੋਂ ਨਿਜਾਤ ਮਿਲੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਨੂੰ ਤਿਰੰਗਾ ਯਾਤਰਾ ਅਭਿਆਨ ਦੀ ਅਗਵਾਈ ਕਰਨ ਲਈ ਵਧਾਈ ਦਿੱਤੀ। ਆਜ਼ਾਦੀ ਦਾ ਅਮਰਤ ਮਹਾਉਤਸਵ ਤਹਿਤ ਹਰ ਘਰ ਤਿਰੰਗਾ ਲਹਿਰਾਉਣ ਲਈ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਕੇਂਦਰ ਨੇ ਟੈਕਸਾਂ ਦੀ ਵੰਡ ਵਜੋਂ ਸੂਬਿਆਂ ਨੂੰ 116565 ਕਰੋੜ ਰੁਪਏ ਤੋਂ ਵੱਧ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਸੀਮਾ ਸੁਰੱਖਿਆ ਬਲ ਨੇ ਡੇਰਾ ਬਾਬਾ ਨਾਨਕ ਨੇੜੇ ਸਥਿਤ ਸਰਹੱਦੀ ਚੌਕੀ ਤੋਂ ਦੋ ਪਾਕਿਸਤਾਨੀ ਨਾਗਰਿਕ ਕਾਬੂ ਕੀਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਸ਼ਵ ਜੈਵਿਕ ਬਾਲਣ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਹਰਿਆਣਾ ਦੇ ਪਾਣੀਪਤ ਵਿੱਚ 2G ਇਥਨੋਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ 400 ਕਰੋੜ ਲੀਟਰ ਇਥਨੋਲ ਦਾ ਉਤਪਾਦਨ ਹੋ ਰਿਹਾ ਹੈ ਉਹਨਾਂ ਕਿਹਾ ਕਿ ਜੈਵਿਕ ਬਾਲਣ ਹਰਿਆਲੀ ਲਿਆਉਣ ਵਾਲਾ ਬਾਲਣ ਹੈ ਅਤੇ ਇਸ ਦੇ ਇਸਤੇਮਾਲ ਨਾਲ ਵਾਤਾਵਰਣ ਨੂੰ ਬਚਾਉਣ ਵਿੱਚ ਵਧੇਰੇ ਮਦਦ ਮਿਲੇਗੀ ਉਹਨਾਂ ਕਿਹਾ ਕਿ ਕੁਦਰਤ ਦੀ ਪੂਜਾ ਕਰਨ ਵਾਲੇ ਸਾਡੇ ਦੇਸ਼ ਵਿੱਚ ਜੈਵਿਕ ਬਾਲਣ ਨੂੰ ਵਾਤਾਵਰਣ ਅਤੇ ਕੁਦਰਤ ਦੀ ਰੱਖਿਆ ਕਰਨ ਵਾਲਾ ਮੰਨਦੇ ਨੇ ਉਹਨਾਂ ਕਿਹਾ ਕਿ ਜੈਵਿਕ ਬਾਲਣ ਨਾਲ ਕਿਸਾਨਾਂ ਨੂੰ ਇੱਕ ਦੋ ਨਹੀਂ ਬਲਕਿ ਬਧੇਰੇ ਫਾਇਦੇ ਹੋਣਗੇ ਉਹਨਾਂ ਕਿਹਾ ਕਿ ਜੈਵਿਕ ਬਾਲਣ ਕਿਸਾਨਾਂ ਲਈ ਪਰਾਲੀ ਸਾੜਨ ਕਾਰਨ ਹੋਣ ਵਾਲੀ ਪਰੇਸ਼ਾਨੀ ਦੀ ਥਾਂ ਤੇ ਆਮਦਨ ਦਾ ਜ਼ਰੀਆ ਬਣੇਗਾ ਉਹਨਾਂ ਕਿਹਾ ਕਿ ਇਸ ਪਲਾਂਟ ਨਾਲ ਹਰਿਆਣਾ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲੇਗੀ प्रकृति की पूजा करने वाले हमारे देश में बायोफ्यूल या जैविक ईंधन प्रकृति की रक्षा का ही एक पर्याय है हमारे किसान भाई बहन तो इसे और अच्छी तरह समझते हैं हमारे लिए जैव ईंधन यानी हरियाली लाने वाला ईंधन पर्यावरण बचाने वाला ईंधन आप किसान भाई बहन तो सदियों से इतने जागरूक है कि बीज बोने से लेकर फसल उगाने और फिर उसे बाजार में पहुंचाने तक ਕਿਸੇ ਵੀ ਚੀਜ਼ ਕੋ ਬਰਬਾਦ ਨਹੀਂ ਹੋਣੇ ਦੇਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹਨਾਂ ਲੋਕਾਂ ਲਈ ਸਿਆਸੀ ਸਵਾਰਥ ਲਈ ਸ਼ਾਰਟਕਟ ਅਪਣਾਉਣ ਦੀ ਤਾਂਗ ਅਤੇ ਸਮੱਸਿਆ ਨੂੰ ਟਾਲਣ ਦੀ ਆਦਤ ਹੁੰਦੀ ਏ ਉਹ ਕਦੇ ਵੀ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਫਤ ਚੀਜ਼ਾਂ ਦਾ ਐਲਾਨ ਕਰਨ ਨਾਲ ਦੇਸ਼ ਆਤਮ ਨਿਰਭਰ ਨਹੀਂ ਬਣ ਸਕਦਾ ਇਸ ਮੌਕੇ ਤੇ ਕੇਂਦਰੀ ਕੁਦਰਤੀ ਗੈਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਪਪੂਰੀ ਨੇ ਵੀ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਤਿਰੰਗਾ ਯਾਤਰਾ ਅਭਿਆਨ ਨੂੰ ਸੰਬੋਧਨ ਕਰਦਿਆਂ ਆਜ਼ਾਦੀ ਕਾ ਅਮਰਤ ਮਹਾਉਤਸਵ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਤੋਂ ਕੁਝ ਦਿਨ ਬਾਅਦ ਦੇਸ਼ ਆਪਣੀ ਆਜ਼ਾਦੀ ਦੇ 75 ਬਰੇ ਪੂਰੇ ਕਰ ਰਿਹਾ ਹੈ ਅਤੇ ਅਸੀਂ ਸਾਰੇ ਇਸ ਇਤਿਹਾਸਿਕ ਸੁਤੰਤਰਤਾ ਦਿਵਸ ਦੀ ਪੂਰੇ ਜੋਰ ਸ਼ੋਰ ਨਾਲ ਤਿਆਰੀ ਵੀ ਕਰ ਰਹੇ ਹਾਂ ਦੇਸ਼ ਦੇ ਹਰ ਕੋਨੇ ਵਿੱਚ ਤਿਰੰਗਾ ਛਾਇਆ ਹੋਇਆ ਹੈ ਅਤੇ ਸੂਰਤ ਭਾਰਤ ਦੀ ਇਸ ਤਿਰੰਗਾ ਯਾਤਰਾ ਦੀ ਅਗਵਾਈ ਕਰ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕਰ ਤਿਰੰਗਾ ਅਭਿਆਨ ਵਿੱਚ ਇਸ ਜਨਪਾਗੀਤਾਰੀ ਲਈ ਉਹ ਸਾਰਿਆਂ ਨੂੰ ਵਧਾਈ ਦਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਆਪਣੇ ਆਪ ਵਿੱਚ ਦੇਸ਼ ਦੇ ਕਪੜਾ ਉਦਯੋਗ ਦੇਸ਼ ਦੀ ਖਾਦੀ ਅਤੇ ਸਾਡੀ ਆਤਮ ਨਿਰਭਰਤਾ ਦਾ ਇੱਕ ਪ੍ਰਤੀਕ ਰਿਹਾ ਹੈ ਆਪ ਸਭੀ ਕੋ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਕੀ ਹਾਰਦਿਕ ਸ਼ੁਭਕਾਮਨਾ ਹੈ अब से कुछ ही दिन बाद देश अपनी आजादी के 75 वर्ष पूरे कर रहा है और हम सब इस ऐतिहासिक स्वतंत्रता दिवस की जोश तैयारी भी कर रहे हैं हिंदुस्तान के हर कोने में ਤਰੰਗਾ ਹੀ ਤਿਰੰਗਾ ਛਾਇਆ ਹੋਇਆ ਹੈ ਦੇਸ਼ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਮੌਕੇ ਦੇਸ਼ ਭਰ ਵਿੱਚ ਮਨਾਏ ਜਾ ਰਹੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ਬਠਿੰਡਾ ਵਿੱਚ ਹਰਕਰ ਤਿਰੰਗਾ ਲਹਿਰਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਬਠਿੰਡਾ ਵਿੱਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸਹਿਯੋਗ ਨਾਲ ਅੱਜ 75 ਫੁੱਟ ਉੱਚਾ ਤਿਰੰਗਾ ਲਹਿਰਾਉਂਦਿਆਂ ਤਿਰੰਗਾ ਯਾਤਰਾ ਕੱਢੀ ਗਈ ਬੀਜੇਪੀ ਦੇ ਸੁਭਾਸ ਕੱਤਰ ਸੁਖਪਾਲ ਸਿੰਘ ਸਰਾ ਨੇ ਇਸ ਮੌਕੇ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬੁੱਤ ਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਸਮਾਜਸੀ ਵੀਨੂ ਗੋਇਲ ਨੇ ਕਿਹਾ ਕਿ ਇਸ ਸਮਾਗਮ ਦੇਸ਼ ਭਰ ਵਿੱਚ ਇੱਕ ਜੁਟਤਾ ਦਾ ਸੁਨੇਹਾ ਦਿੰਦੇ ਨੇ ਭਾਜਪਾ ਯੁਵਾ ਮੋਰਚਾ ਦੇ ਨੇਤਾ ਸੰਦੀਪ ਅਗਰਵਾਲ ਨੇ ਕਿਹਾ ਕਿ ਤਿਰੰਗਾ ਯਾਤਰਾ ਦਾ ਮੰਤਵ ਲੋਕਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਹੈ ਮਹਾਉਤਸਵ ਦੇ ਸਬੰਧ ਦੇ ਵਿੱਚ ਕਾਰਕਾਰ ਤਿਰੰਗਾ ਲਹਿਰਾਉਣ ਦੇ ਲਈ ਇਹ ਅਭਿਆਨ ਚਲਾਇਆ ਔਰ ਸਾਡੇ ਬਠਿੰਡਾ ਵਾਸੀਆਂ ਨੇ ਪਹਿਲੀ ਵਾਰ 75 ਫੁੱਟ ਲੰਬਾ ਤਿਰੰਗਾ ਯਾਤਰਾ ਕਰ ਰਹੇ ਆ ਅਸੀਂ ਜਿਹੜਾ ਸਾਰੇ ਬਠਿੰਡਾ ਦੇ ਵਿੱਚ ਬੱਚੇ ਬੁੱਢੇ ਤੋਂ ਲੈ ਕੇ ਸਾਰਿਆਂ ਦੇ ਵਿੱਚ ਬਹੁਤ ਅੱਛਾ ਹੈ ਇਲਾਕਾ ਸਰ ਭਾਵ ਦਾ ਬਹੁਤ ਵੱਡਾ ਇੱਕ ਭਾਵ ਪੈਦਾ ਹੋਇਆ ਬੱਚਿਆਂ ਚ ਔਰ ਉਹ ਆਉਣ ਵਾਲੀਆਂ ਕਟੀਆਂ ਵੀ ਸਾਡੀਆਂ ਯਾਦ ਰੱਖਣੀਆਂ ਕਿ ਕਿੰਨੇਆਂ ਮੁਸ਼ਕਲਾਂ ਨਾਲ ਜੋ ਅਸੀਂ ਆਜ਼ਾਦੀ ਹਾਸਲ ਕੀਤੀ ਸੀ ਸਾਡੀ ਪੂਰਬ ਜਾਨੇ ਉਹਨੇ ਹੀ ਉਤਸ਼ਾਹ ਨਾਲ ਹੈ ਆਜ਼ਾਦੀ ਦਾ ਜਿਹੜਾ 75ਵਾਂ ਉਤਸਵ ਹੈਗਾ ਪ੍ਰਭੂ ਇੱਕ ਉਹ ਤਿਹਾੜ ਦੇ ਤੌਰ ਤੇ ਮਨਾਇਆ ਇਸ ਤਰਿਕਾ ਬੜਾ ਹੀ ਨਵੇਕਲਾ ਮੈਸੇਜ ਜਾਰੀਆ ਸਾਰੇ ਹਿੰਦੂ ਦੇ ਵਸੀਆਂ ਨੂੰ ਪੂਰੇ ਹਿੰਦੁਸਤਾਨ ਨੂੰ ਕਿ ਆਓ ਇੱਕਜੁੱਟ ਹੋਈਏ ਅਤੇ ਉਸ ਨੂੰ ਉਸ ਖੁਸ਼ੀ ਨੂੰ ਮਨਾਈਏ ਜਿਹੜੀ ਕਿ ਬਹੁਤ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਮਿਲੀ ਹੈ ਮੈਂ ਗੱਲ ਕਰ ਰਿਹਾ 15 ਅਗਸਤ ਇੰਡੀਪੈਂਡੈਂਸ ਡੇ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਇਹ ਕਿੰਨੇ ਸਾਲ ਪਹਿਲਾਂ ਹੀ ਇਹ ਸ਼ੁਰੂ ਹੋ ਜਾਣਾ ਚਾਹੀਦਾ ਸੀ ਹਰ ਆਜ਼ਾਦੀ ਦਾ ਦਿਵਸ ਹਰ ਜਿਹੜਾ ਸੁਤੰਤਰਤਾ ਦਿਵਸ ਹੈ ਇਸੇ ਅੰਦਾਜ਼ ਚ ਮਨਾਇਆ ਜਾਣਾ ਚਾਹੀਦਾ ਹੈ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਮਕਸਦ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਜਗਾ ਕੇ ਅਮਰ ਬਲਦਾਨੀਆਂ ਨੂੰ ਨਮਨ ਕਰਨਾ ਹੈ। ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਅੱਜ ਰੋਪੜ ਜ਼ਿਲ੍ਹੇ ਦੇ ਨੰਗਲ ਇਲਾਕੇ ਵਿੱਚ ਤਿਰੰਗਾ ਟਰੈਕਟਰ ਮਾਰਚ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਟਰੈਕਟਰ ਮਾਰਚ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ 75 ਟਰੈਕਟਰਾਂ ਉੱਪਰ ਤਿਰੰਗੇ ਝੰਡੇ ਲਹਿਰਾ ਕੇ ਦੇਸ਼ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਗਿਆ। ਤਰੰਗਾ ਟਰੈਕਟਰ ਯਾਤਰਾ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ اٹਵਾਲ ਨੇ ਕੀਤੀ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ 13 14 ਅਤੇ 15 ਅਗਸਤ ਨੂੰ ਉਹ ਆਪੋ ਆਪਣੇ ਘਰਾਂ ਤੇ ਤਿਰੰਗੇ ਝੰਡੇ ਲਹਿਰਾ ਕੇ ਸੁਤੰਤਰਤਾ ਦਿਵਸ ਮਨਾਉਣ ਲੇਰ ਜੁਬਲੀ ਮਨਾਉਨੇ ਆ ਡਾਇਮੰਡ ਜੁਬਲੀ ਮਨਾਉਨੇ ਆ ਇਹ 75 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਏ ਦੇ ਪੂਰੇ ਹੋਏ ਨੇ ਇੱਕ ਅਮਰਤ ਮਹਾਉਤਸਵ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਔਰ ਹਰ ਇੱਕ ਦੇਸ਼ ਦੇ ਵਿੱਚ ਜਿੱਥੇ ਵੀ ਕੋਈ ਭਾਰਤੀ ਨਾਗਰਿਕ ਵਸਿੰਦਾ ਹੈ ਜਾਂ ਜਿੱਥੇ ਕੋਈ ਭਾਰਤੀ ਜਨਤਾ ਦਾ ਰਹਿ ਰਿਹਾ ਹੈ ਉਹ ਅੱਜ ਤਿਰੰਗਾ ਲੈ ਕੇ ਬੜੇ ਗਰਮ ਦੇ ਨਾਲ ਅਮਰਤ ਮਹਾਉਤਸਵ ਚ ਹਿੱਸਾ ਬਾ ਰਿਹਾ ਹੈ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਹੀ ਸੂਬਿਆਂ ਨੂੰ ਟੈਕਸਾਂ ਦੀ ਵੰਡ ਲਈ ਦੋ ਕਿਸ਼ਚਾਂ ਜਾਰੀ ਕੀਤੀਆਂ ਨੇ ਇੱਕ ਸਰਕਾਰੀ ਬੁਲਾਰੇ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਸਰਕਾਰ ਨੇ ਸੂਬਿਆਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਦੀ ਪੂੰਜੀ ਨੂੰ ਰਫਤਾਰ ਦੇਣ ਤੋਂ ਇਲਾਵਾ ਵਿਕਾਸ ਖਰਚਿਆਂ ਲਈ ਕੀਤੇ ਗਏ ਆਪਣੇ ਵਾਅਦੇ ਨੂੰ ਨਿਭਾਉਂਦਿਆਂ ਅੱਜ 116665 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸੂਬਾ ਸਰਕਾਰਾਂ ਨੂੰ ਜਾਰੀ ਕੀਤੀ ਏ ਜੋ ਆਮ ਤੌਰ ਤੇ ਹਰ ਮਹੀਨੇ ਦੀ ਵੰਡ ਲਈ ਤਕਰੀਬਨ 58332 ਕਰੋੜ ਰੁਪਏ ਹੁੰਦੀ ਏ ਅੱਜ ਜਾਰੀ ਕੀਤੀ ਗਈ ਇਸ ਰਾਸ਼ੀ ਵਿੱਚੋਂ ਸਭ ਤੋਂ ਵੱਧ 20928 ਕਰੋੜ ਰੁਪਏ ਦੀ ਰਾਸ਼ੀ ਉੱਤਰ ਪ੍ਰਦੇਸ਼ ਨੂੰ ਅਤੇ ਸਭ ਤੋਂ ਘੱਟ 452 ਕਰੋੜ 68 ਲੱਖ ਦੀ ਰਾਸ਼ੀ ਸਿੱਕਮ ਸੂਬੇ ਲਈ ਜਾਰੀ ਕੀਤੀ ਗਈ ਹੈ ਪੰਜਾਬ ਨੂੰ 2108 ਕਰੋੜ ਰੁਪਏ ਅਤੇ ਹਰਿਆਣਾ ਨੂੰ 1275 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਨੂੰ 968 ਕਰੋੜ 32 ਲੱਖ ਰੁਪਏ ਜਾਰੀ ਕੀਤੇ ਗਏ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਵਾਰਾਗੀਰੀ ਵੈਂਕਟਾਗਿਰੀ ਸੁਤੰਤਰਤਾ ਸੈਨਾਨੀ ਵਿਨੋਦ ਕਿਨਾਰੀ ਵਾਲਾ ਅਤੇ ਸ਼ਹੀਦ ਕੁਨਾਰ ਸਿੰਘ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਅਸੀਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਵਿਰਾਗਿਰੀ ਵੈਂਕਟਗਿਰੀ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਜਨਮ ਸਾਲ 1894 ਵਿੱਚ 10 ਅਗਸਤ ਨੂੰ ਹੋਇਆ ਸੀ ਉਹਨਾਂ ਨੇ ਮਜ਼ਦੂਰ ਵਰਗ ਦੇ ਹਿੱਤ ਵਿੱਚ ਸਮਰਾਜਵਾਦੀ ਬ੍ਰਿਟਿਸ਼ ਸਰਕਾਰ ਖਿਲਾਫ ਕੰਮ ਕੀਤਾ ਉਹ ਮਜ਼ਦੂਰ ਸੰਘ ਦੇ ਇੱਕੋ ਇੱਕ ਨੇਤਾ ਸਨ ਜੋ ਦੇਸ਼ ਦੇ ਰਾਸ਼ਟਰਪਤੀ ਬਣੇ I feel proud and honored by the citizens of Delhi to represent here on this great and memorable occasion the eve of our independence day this is not the time if i may say so for making speeches but it's the time for action in the first instance we should remember the great martyrs our great leaders our father of the nation our ex prime ministers who have sacrificed their all for securing independence ਗਿਰੀ 1913 ਵਿੱਚ ਡਬਲਿਨ ਵਿੱਚ ਵਕਕਾਰੀ ਕਿੰਗਜ਼ ਇਨ ਵਿੱਚ ਸ਼ਾਮਿਲ ਹੋਣ ਲਈ ਗਏ ਆਇਰਲੈਂਡ ਵਿੱਚ ਉਹ ਆਇਰਿਸ਼ ਵਿਰੋਧੀ ਅੰਦੋਲਨ ਦੇ ਵੱਡੇ ਨੇਤਾਵਾਂ ਦੇ ਨੇੜਲੇ ਸੰਪਰਕ ਵਿੱਚ ਆਏ ਇਸ ਵਿੱਚ 19ਵੀਂ ਸਦੀ ਦੇ ਮੱਧ ਵਿੱਚ ਲੰਬੇ ਸਮੇਂ ਤੱਕ ਉਹ ਕੰਮ ਕਰਦੇ ਰਹੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਾਨ ਡੀ ਵਲੇਰਾ ਵੀ ਸ਼ਾਮਿਲ ਸਨ ਗਿਰੀ ਦੀ ਮੁਲਾਕਾਤ ਮਹਾਤਮਾ ਗਾਂਧੀ ਨਾਲ 1914 ਵਿੱਚ ਹੋਈ ਜਦ ਉਹ ਲੰਡਨ ਆਏ ਗਿਰੀ ਇੱਕ ਨੌਜਵਾਨ ਵਿਦਿਆਰਥੀ ਦੇ ਰੂਪ ਵਿੱਚ ਉਹਨਾਂ ਨੂੰ ਮਿਲਣ ਗਏ ਵਾਪਸ ਪਰਤਨ ਤੇ ਗਿਰੀ ਨੇ ਮ드ਰਾਸ ਹਾਈ ਕੋਰਟ ਵਿੱਚ ਪंजीकरण ਕਰਵਾ ਲਿਆ ਪਰ 1920-21 ਦੌਰਾਨ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੇ ਪ੍ਰੈਕਟਿਸ ਛੱਡ ਦਿੱਤੀ ਉਹਨਾਂ ਨੂੰ ਪਹਿਲੀ ਵਾਰ 1922 ਵਿੱਚ ਸ਼ਰਾਬ ਦੀਆਂ ਦੁਕਾਨਾਂ ਦੀ ਨਿਲਾਮੀ ਦੇ ਵਿਰੋਧ ਧਰਨਾ ਦੇਣ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਵੀ ਵੀ ਗਿਰੀ ਸਰਪਾਰਟੀ ਰੇਲ ਕਰਮੀ ਯੂਨੀਅਨ ਦੇ ਸੰਸਥਾਪਕ ਮੈਂਬਰ ਸਨ ਉਹਨਾਂ ਨੇ 1931 ਵਿੱਚ ਲੰਡਨ ਵਿੱਚ ਦੂਜੇ ਗੋਲ ਮੇਜ਼ ਸੰਮੇਲਨ ਵਿੱਚ ਭਾਗ ਲਿਆ। 1927 ਵਿੱਚ ਉਹਨਾਂ ਨੇ ਬੰਗਾਲ-ਨਾਗਪੁਰ ਰੇਲਵੇ ਹੜਤਾਲ ਦੀ ਅਗਵਾਈ ਕੀਤੀ ਅਤੇ ਇਤਿਹਾਸਕ ਅੰਦੋਲਨ ਚਲਾ ਕੇ ਬ੍ਰਿਟਿਸ਼ ਪ੍ਰਬੰਧਨ ਅਤੇ ਸਰਕਾਰ ਨੂੰ ਕੀਰਤੀਆਂ ਨਾਲ ਗੱਲਬਾਤ ਲਈ ਮਜਬੂਰ ਕਰ ਦਿੱਤਾ। ਗਿਰੀ ਨੇ 1937 ਵਿੱਚ ਮ드ਰਾਸ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੋਬਲੀ ਦੇ ਰਾਜਾ ਨੂੰ ਹਰਾ ਕੇ ਇਤਿਹਾਸ ਰਚਿਆ। ਦੇਸ ਤੋਂ ਬਾਅਦ ਉਹ ਮੁੱਖ ਮੰਤਰੀ ਸੀ ਰਾਜ ਗੋਪਾਲਾਚਾਰੀ ਦੀ ਪ੍ਰੋਵਿੰਸ਼ੀਅਲ ਸਰਕਾਰ ਵਿੱਚ ਕਿਰਤ ਮੰਤਰੀ ਬਣ ਗਏ 1947 ਵਿੱਚ ਉਹ ਫਿਰ ਟੀ ਪ੍ਰਕਾਸ਼ਮ ਦੀ ਸਰਕਾਰ ਵਿੱਚ ਮਦਰਾਸ ਦੇ ਕਿਰਤ ਮੰਤਰੀ ਬਣੇ ਪਰ ਸਿਲੋਨ ਵਿੱਚ ਭਾਰਤ ਦੇ ਰਾਜਦੂਤ ਨਿਯੁਕਤ ਕੀਤੇ ਜਾਣ ਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਗਿਰੀ ਨੇ ਉੱਤਰ ਪ੍ਰਦੇਸ਼ ਕੇਰਲ ਅਤੇ ਕਰਨਾਟਕ ਦੇ ਰਾਜਪਾਲ ਦੇ ਰੂਪ ਵਿੱਚ ਵੀ ਦੇਸ਼ ਦੀ ਸੇਵਾ ਕੀਤੀ ਸਾਲ 1960 ਵਿੱਚ ਵੀ ਵੀ ਗਿਰੀ ਦੇਸ਼ ਦੇ ਉਪ ਰਾਸ਼ਟਰਪਤੀ ਬਣਾਏ ਗਏ 1969 ਵਿੱਚ ਰਾਸ਼ਟਰਪਤੀ জাকির ਹੁਸੈਨ ਦੇ ਦੇਹਾਂਤ ਤੋਂ ਬਾਅਦ ਕੰਮ ਚਲਾਊ ਰਾਸ਼ਟਰਪਤੀ ਬਣੇ ਉਹਨਾਂ ਨੇ 1969 ਤੋਂ ਲੈ ਕੇ 1974 ਤੱਕ ਭਾਰਤ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਦੇਸ਼ ਦੀ ਸੇਵਾ ਕੀਤੀ ਇਸ ਦੌਰਾਨ ਦੇਸ਼ ਵਿਦੇਸ਼ ਵਿੱਚ ਕਈ ਵੱਡੇ ਬਦਲਾਅ ਹੋਏ ਬੈਂਕਾਂ ਦਾ ਰਾਸ਼ਟਰੀਕਰਨ ਹੋਇਆ ਬ੍ਰਿਟਿਸ਼ ਇੰਡੀਆ ਸਮੇਤ ਉਹ ਪਹਿਲਾਂ ਦੀਆਂ ਰਿਆਸਤਾਂ ਲਈ ਜਾਰੀ ਪ੍ਰੀਵੀ ਪਰਸ ਬੰਦ ਕਰ ਦਿੱਤੇ ਗਏ 1 ਕਰੋੜ ਤੋਂ ਵੱਧ ਸ਼ਰਨਾਰਥੀਆਂ ਵੱਲੋਂ ਭਾਰਤ ਆਉਣ ਤੋਂ ਬਾਅਦ ਪੂਰਬੀ ਪਾਕਿਸਤਾਨ ਦਾ ਬੰਗਲਾਦੇਸ਼ ਦੇ ਰੂਪ ਵਿੱਚ ਉਦੈ ਹੋਇਆ। ਵੀ ਵੀ ਗਿਰੀ ਨੂੰ ਉਹਨਾਂ ਦੀ ਜਨ ਸੇਵਾ ਲਈ 1975 ਵਿੱਚ ਭਾਰਤ ਰਤਨ ਨਾਲ ਸਨਮਾਨਿਆ ਗਿਆ। ਇਸ ਮਹਾਨ ਰਾਸ਼ਟਰਵਾਦੀ ਨੂੰ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਵਿਨੋਦ ਕਿਨਾਰੀਵਾਲਾ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ 1942 ਵਿੱਚ 10 ਅਗਸਤ ਨੂੰ ਹੋਇਆ ਸੀ। ਕਿਨਾਰੀਵਾਲਾ ਦਾ ਜਨਮ 20 ਸਤੰਬਰ 1924 ਨੂੰ ਗੁਜਰਾਤ ਦੇ ਅਹਮਦਾਬਾਦ ਵਿੱਚ ਹੋਇਆ ਸੀ। ਉਹਨਾਂ ਨੇ 8 ਅਗਸਤ 1942 ਨੂੰ ਸ਼ੁਰੂ ਹੋਏ ਭਾਰਤ ਛੱਡੋ ਅੰਦੋਲਨ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਅੰਦੋਲਨ ਦੌਰਾਨ ਕਿਨਾਰੀ ਵਾਲਾ ਦੇ ਕਾਲਜ ਦੇ ਵਿਦਿਆਰਥੀ ਅਹਮਦਾਬਾਦ ਵਿੱਚ ਇਕੱਠੇ ਹੋਏ। ਬ੍ਰਿਟਿਸ਼ ਸਰਕਾਰ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਉਹਨਾਂ ਨੇ 10 ਅਗਸਤ 1942 ਨੂੰ ਭਾਰਤ ਛੱਡੋ ਦਾ ਸੱਦਾ ਦਿੱਤਾ। ਪੁਲਿਸ ਦੇ ਸਹਾਇਕ ਕਮਿਸ਼ਨਰ ਆਪਣੇ ਪੁਲਿਸ ਬਲ ਨਾਲ ਅੰਦੋਲਨ ਵਾਲੀ ਜਗ੍ਹਾ ਤੇ ਪਹੁੰਚ ਗਏ ਤੇ ਵਿਦਿਆਰਥੀਆਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਇਸ ਗੋਲੀਬਾਰੀ ਵਿੱਚ ਵਿਨੋਦ ਕਿਨਾਰੀ ਵਾਲਾ ਅੰਦੋਲਨ ਵਾਲੀ ਜਗ੍ਹਾ ਤੇ ਹੀ ਮਾਰੇ ਗਏ ਇਸ ਜਾਂਬਾਜ਼ ਸ਼ਹੀਦ ਨੂੰ ਨਿਗੀ ਸ਼ਰਧਾਂਜਲੀ ਅੱਜ ਅਸੀਂ ਸ਼ਹੀਦ ਕੁਨਾਰ ਸਿੰਘ ਨੂੰ ਵੀ ਸ਼ਰਧਾਂਜਲੀ ਦੇ ਰਹੇ ਹਾਂ ਚਾਂਸੀ ਉੱਤਰ ਪ੍ਰਦੇਸ਼ ਦੇ ਕੁਨਾਰ ਸਿੰਘ ਨੇ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਅੰਗਰੇਜ਼ਾਂ ਨਾਲ ਸੰਘਰਸ਼ ਲਈ ਫੌਜੀਆਂ ਦੀ ਅਗਵਾਈ ਕੀਤੀ। ਉਹਨਾਂ ਨੇ ਸੁਤੰਤਰਤਾ ਸੈਨਾਨੀਆਂ ਦੀ ਆਰਥਿਕ ਸਹਾਇਤਾ ਵੀ ਕੀਤੀ। ਕੁਨਾਰ ਸਿੰਘ ਨੂੰ ਬ੍ਰਿਟਿਸ਼ ਫੌਜ ਨੇ ਗ੍ਰਿਫਤਾਰ ਕਰ ਲਿਆ। ਉਹਨਾਂ 'ਤੇ ਲੁੱਟਖਸੋਟ, ਹੱਤਿਆ ਅਤੇ ਅੰਗਰੇਜ਼ਾਂ ਖਿਲਾਫ ਵਿਦਰੋਹ ੜਕਾਉਣ ਦੇ ਦੋਸ਼ ਲਗਾਏ ਗਏ। ਉਹਨਾਂ ਨੂੰ 10 ਅਗਸਤ 1858 ਨੂੰ ਫਾਂਸੀ ਦੇ ਦਿੱਤੀ ਗਈ। ਦੇਸ਼ ਦੇ ਇਸ ਮਹਾਨ ਸਪੂਤ ਨੂੰ ਨਮਨ। ਸੀਮਾ ਸੁਰੱਖਿਆ ਬਲ ਨੇ ਅੱਜ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ਤੇ ਡੇਰਾ ਬਾਬਾ ਨਾਨਕ ਨੇੜੇ ਸਥਿਤ ਸਰਹੱਦੀ ਚੌਕੀ ਤੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਭਾਰਤੀ ਸੀਮਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਬੀਐਸਐਫ ਦੇ ਡੀਆਈਜੀ ਪ੍ਰਵਕਰ ਜੋਸ਼ੀ ਨੇ ਦੱਸਿਆ ਕਿ ਇਹਨਾਂ ਦੋਹਾਂ ਪਾਕਿਸਤਾਨੀ ਨਾਗਰਿਕਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਦੋਵੇਂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਨੇ ਉਹਨਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਹਨਾਂ ਕੋਲੋਂ 500 ਰੁਪਏ ਦੀ ਪਾਕਿਸਤਾਨੀ ਕਰੰਸੀ, ਸ਼ਨਾਖਤੀ ਕਾਰਡ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ